ਸਾਸੰਗ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਅੱਜ ਤੱਕ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੰਗ ਯੁੱਧਾਂ ਦਾ ਹੀ ਜ਼ਿਕਰ ਕਰਦੇ ਰਹੇ ਹਾਂ, ਮਗਰ ਇਹ ਨਹੀਂ ਦੇਖਿਆ ਪੱਖ ਕਿ ਮਹਾਰਾਜ ਨੇ ਮਾਨਤਾ ਦੀ ਭਲਾਈ ਲਈ ਲਏ, ਉਹਨਾਂ ਨੇ ਵਿੱਦਿਆ ਉੱਤੇ ਕਿੰਨਾ ਜ਼ੋਰ ਦਿੱਤਾ। ਗੁਰਮੁਖੋ, ਉਹਨਾਂ ਨੇ ਪਾਉਂਟਾ ਸਾਹਿਬ ਤੋਂ 5 ਸਿੱਖ ਬਨਾਰਸ ਜਿਹੜੀ ਕਾਸ਼ੀ ਹੈ ਉਹਦੇ ਵਿੱਚ ਪੜ੍ਹਨ ਵਾਸਤੇ ਭੇਜੇ ਕਿ ਉਹ ਵਿੱਦਿਆ ਲੈ ਕੇ ਆਉਣ, ਸੰਸਕ੍ਰਿਤ ਦੀ, ਹਿੰਦੀ ਦੀ, ਹੋਰ, ਤਾਂ ਜੇ ਅਸੀਂ ਗੁਰੂ ਨਾਨਕ ਦੇ ਸ਼ੁਭ ਜਿਹੜੇ ਵਚਨ ਨੇ, ਉਹਨਾਂ ਦੀ ਬਾਣੀ ਆ, ਉਹਨਾਂ ਨੂੰ ਉਹਨਾਂ ਦੀ ਜ਼ਬਾਨ ਦੇ ਵਿੱਚ ਅਸੀਂ ਦੱਸ ਸਕੀਏ। ਉਹ ਜਿਹੜੀ 5 ਸਿੱਖ ਉੱਥੇ ਪੜ੍ਹ ਕੇ ਆਏ, ਉਹਨਾਂ ਨੇ ਅੱਗੇ ਦਾ ਵਿਸਤਾਰ ਕੀਤਾ, ਉਹ ਨਿਰਮਲਾ ਪੰਥ ਚੱਲਿਆ। ਨਿਰਮਲਾ ਪੰਥ ਨੇ ਗੁਰੂ ਨਾਨਕ ਦੇ ਜੋ ਸੱਚ ਦੇ ਮਾਰਗ ਨੂੰ ਦੁਨੀਆਂ ਦੇ ਵਿੱਚ ਆਪਣਾ ਬਹੁਤ ਪ੍ਰਸਾਰ ਕੀਤਾ ਸਾਰੇ ਹਿੰਦੁਸਤਾਨ 'ਚ। ਫਿਰ ਗੁਰੂ ਸਾਹਿਬ ਜਦੋਂ ਮੁਕਤਸਰ ਦੀ ਜੰਗ ਜਿੱਤ ਕੇ ਸਾਬੋ ਕੀ ਤਲਵੰਡੀ ਆਏ ਨੇ, ਅਤੇ ਉੱਥੇ ਉਹਨਾਂ ਨੇ ਕਬਰ ਕੱਸਾ ਖੋਲ੍ਹਿਆ, ਅਤੇ ਲੋਕਾਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਦਮ ਲਿਆ ਇੱਥੇ, ਉਹਨੂੰ ਦਾ ਨਾਂ ਦਮਦਮਾ ਸਾਹਿਬ ਪਾ ਦਿੱਤਾ। ਜਿਹੜਾ ਰਾਜਾ ਸੀ ਉਸ ਜਗ੍ਹਾ ਦਾ, ਉਹ ਡੱਲਾ ਸੀ। ਡੱਲਾ ਫਿਰ ਦੇਖ ਕੇ ਗੁਰੂ ਸਾਹਿਬ ਦਾ ਬੜਾ ਸ਼ਰਧਾਲੂ ਬਣ ਗਿਆ, ਕਹਿੰਦਾ ਮਹਾਰਾਜ ਇੰਨੀ ਸ਼ਕਤੀ ਅਗਰ ਅੰਮ੍ਰਿਤ ਦੀ ਤਾਂ ਮੈਨੂੰ ਵੀ ਅੰਮ੍ਰਿਤ ਛਕਾ ਦਿਓ। ਉਹਨੂੰ ਵੀ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਡੱਲ ਸਿੰਘ ਬਣਾ ਦਿੱਤਾ। ਫਿਰ ਮਹਾਰਾਜ ਨੇ ਉੱਥੇ ਉਹਨੂੰ ਕਿਹਾ, ਡੱਲਿਆ ਇੱਥੇ ਦੇਖ ਨਹਿਰਾਂ ਬਣੀ ਬਣੀ ਚੱਲਣਗੀਆਂ। ਕਹਿੰਦਾ ਮਹਾਰਾਜ ਨਹਿਰਾਂ ਕਿੱਥੋਂ ਆਉਣੀਆਂ, ਇਹ ਤਾਂ ਰੇਤਾ ਉੱਡਦਾ ਪਿਆ। ਕਹਿੰਦੇ ਅਜੇ ਤੇਰੀ ਨਜ਼ਰ ਨਹੀਂ ਖੁੱਲ੍ਹੀ, ਉਹ ਵਕਤ ਆਏਗਾ ਦੇਖੇਗਾ ਕਿਤੇ ਨਹਿਰਾਂ ਹੀ ਹੋਣਗੀਆਂ। ਉਹ ਮਹਾਰਾਜ ਦਾ ਵਿਖਤ ਵਚਨ ਕੀਤੇ ਹੋਏ ਪੂਰੇ ਹੋ ਗਏ, ਉੱਥੇ ਨਹਿਰਾਂ ਹੀ ਨੇ ਹੁਣ, ਪਾਣੀ ਪਾਣੀ ਆ ਨਹਿਰਾਂ ਦਾ। ਦੂਸਰਾ ਮਹਾਰਾਜ ਨੇ ਕਿਹਾ ਸੀ, ਡੱਲਿਆ ਦੇਖ ਇੱਥੇ ਬੜੇ ਅੱਛੇ ਬਾਗ ਹੋਣਗੇ ਸੰਤਰਿਆਂ ਦੇ, ਅੰਗੂਰਾਂ ਦੇ, ਔਰ ਅੰਬਾਂ ਦੇ, ਅਨਾਰਾਂ ਦੇ। ਉਹ ਕਹਿੰਦਾ ਮਹਾਰਾਜ ਇਹ ਤਾਂ ਅੱਕ ਲੱਗੇ ਹੋਏ ਨੇ, ਉਹਨਾਂ ਦੇ ਜਿਹੜੇ ਫਲ ਨੇ ਉਹ ਤੁਹਾਨੂੰ ਦਿਸਦੇ ਪਏ ਨੇ, ਇੱਥੇ ਕਿੱਥੇ ਬਾਗ ਲੱਗਣੇ ਨੇ, ਇੱਥੇ ਤਾਂ ਬਾਗ ਪਾਣੀ ਤੋਂ ਬਗੈਰ ਤਾਂ ਲੱਗ ਹੀ ਨਹੀਂ ਸਕਦੇ। ਕਹਿੰਦੇ ਅਜੇ ਤੈਨੂੰ ਸਮਝ ਨਹੀਂ ਲੱਗੀ, ਇਹ ਵਕਤ ਆ ਕੇ ਇੱਥੇ ਬਾਗ ਹੀ ਬਾਗ ਹੋਣਗੇ। ਅੱਜ ਗੁਰਮੁਖੋ ਉੱਥੇ ਜਾ ਕੇ ਦੇਖੋ, ਇਹ ਸਾਰੇ ਬਾਗ ਲਹਿ ਲਹਾ ਕਰ ਰਹੇ ਨੇ। ਤੀਸਰਾ ਬਚਨ ਮਹਾਰਾਜ ਨੇ ਕਿਹਾ ਸੀ, ਡੱਲਿਆ ਇੱਥੇ ਕਣਕਾਂ ਦੇਖ ਲਹਿ ਲਹਾਰ ਰਹੀਆਂ ਨੇ। ਕਹਿੰਦੇ ਮਹਾਰਾਜ ਕਣਕਾਂ ਕਿੱਥੋਂ ਇੱਥੇ ਹੋਣੀਆਂ ਨੇ, ਇੱਥੇ ਤਾਂ ਪਾਣੀ ਨਹੀਂ ਆ, ਔਰ ਸਾਰਾ ਜੰਗਲ ਦੀਆਂ ਬੂਟੀਆਂ ਨਜ਼ਰ ਆ ਰਹੀਆਂ, ਤਾਂ ਤੁਹਾਨੂੰ ਕਣਕਾਂ ਨਜ਼ਰ ਆਉਂਦੀਆਂ ਨੇ। ਫਿਰ ਮਹਾਰਾਜ ਖੁਦ ਮੁਸਕਰਾ ਪਏ ਕਿ ਅਜੇ ਵੀ ਨਹੀਂ ਤੇਰੀ ਅੱਖ ਖੁੱਲ੍ਹੀ, ਇੱਥੇ ਇਹ ਹੋਣਗੀਆਂ। ਇਸ ਲਈ ਗੁਰਮੁਖੋ ਉੱਥੇ ਕਣਕਾਂ ਕਪਾਂ ਐਨ ਲੈ ਲਹਾ ਰਹੀਆਂ ਨੇ। ਇਹ ਮਹਾਰਾਜ ਨੇ ਵਚਨ ਕਰਕੇ ਫਿਰ ਉੱਥੋਂ 25 ਸਿੱਖ ਤੀਰ ਮਾਲ ਕੋਲ ਭੇਜੇ ਕਿ ਜੋ ਗ੍ਰੰਥ ਸਾਹਿਬ ਜੀ ਦੀ ਵੀਲ ਲਿਖੀ ਹੋਈ ਸੀ ਗੁਰੂ ਅਰਜਨ ਦੇਵ ਜੀ ਦੀ, ਜੋ ਉਹਦੇ ਕਬਜ਼ੇ ਦੇ ਵਿੱਚ ਸੀ, ਓਰਿਜਿਨਲ ਬੀੜ ਦੇ ਵਿੱਚ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਜਿਹੜੀ ਬਾਣੀ ਉਚਾਰੀ ਹੋਈ, ਸਲੋਕ ਜਿਹੜੇ ਨੇ ਉਹ ਦਰਜ ਕਰਕੇ ਮੁਕੰਮਲ ਗ੍ਰੰਥ ਸਾਹਿਬ ਬਣਾ ਦਈਏ। ਜਦੋਂ 25 ਸਿੱਖ ਗਏ ਜਾ ਕੇ ਤੀਰਬਾ ਨੂੰ ਦੱਸਿਆ, ਉਹਨੇ ਚੱਕੇ ਦੇ ਨਾਲ ਜਵਾਬ ਦੇ ਦਿੱਤਾ ਕਿ ਮੈਂ ਤਾਂ ਬਿਲਕੁਲ ਨਹੀਂ ਇਹ ਗ੍ਰੰਥ ਸਾਹਿਬ ਦੇਣਾ, ਅਗਰ ਗੁਰੂ ਸਮਰੱਥ ਆ ਤਾਂ ਆਪ ਆਪਣਾ ਗ੍ਰੰਥ ਸਾਹਿਬ ਉਚਾਰ ਦੇ। ਇਹ ਸੁਣ ਕੇ ਗੁਰੂ ਸਾਹਿਬ ਨੇ ਸਮਾਧੀ ਲਾ ਲਈ। 9 ਮਹੀਨੇ 9 ਦਿਨ ਦੇ ਵਿੱਚ ਭਾਈ ਮਨੀ ਸਿੰਘ ਨੂੰ ਪੂਰਾ ਗ੍ਰੰਥ ਸਾਹਿਬ ਲਿਖਾ ਦਿੱਤਾ। ਉਸ ਨੂੰ ਫਿਰ ਮਹਾਰਾਜ ਲੈ ਗਏ ਹਜ਼ੂਰ ਸਾਹਿਬ। ਉੱਥੇ ਮਹਾਰਾਜ ਦੇ ਅਖੀਰ ਦੇ ਵਕਤ 5 ਪਰਿਕਰਮਾ ਕਰਕੇ ਨਾਰੀਅਲ ਦੇ 5 ਪੈਸੇ ਰੱਖ ਕੇ ਮੱਥਾ ਟੇਕੇ ਗੁਰਗੱਦੀ ਬਖਸ਼ੀ, ਅੱਜ ਤੋਂ ਬਾਅਦ ਤੁਹਾਡਾ ਗੁਰੂ ਜਿਹੜਾ ਟਰਨਲ ਗੁਰੂ ਗੁਰੂ ਗ੍ਰੰਥ ਸਾਹਿਬ ਹੋਏਗਾ। ਇਹ ਮਹਾਰਾਜ ਨੇ ਬਚਨ ਸੁਣ ਕੇ ਸਿੱਖਾਂ ਨੇ ਬੜੇ ਹੈਰਾਨ ਹੋ ਗਏ, ਮਹਾਰਾਜ ਕਿ ਤੁਸੀਂ ਗ੍ਰੰਥ ਸਾਹਿਬ ਦੇ ਲੜ ਲਾ ਚੱਲੇ ਹੋ, ਅਤੇ ਸਾਨੂੰ ਬਖਸ਼ਿਸ਼ ਕਰੋ ਕਿ ਅਸੀਂ ਇਹਨਾਂ ਦੀ ਬਾਣੀ ਚੰਗੀ ਤਰ੍ਹਾਂ ਪੜ੍ਹ ਸਕੀਏ। ਅਤੇ ਗੁਰਮੁਖੋ ਦਮਦਮਾ ਸਾਹਿਬ ਉਹਨਾਂ ਨੇ ਵਰ ਦਿੱਤਾ ਵੀ ਇੱਥੇ ਗੁਰੂ ਕਾਸ਼ੀ ਬਣੇਗੀ। ਜਿਸ ਤਰ੍ਹਾਂ ਬਨਾਰਸ ਕਾਸ਼ੀ ਬਣੇ ਸੀ, ਉੱਥੋਂ ਬੜੇ ਬੜੇ ਲਰਨਡ ਆਦਮੀ ਨਿਕਲ ਗਏ। ਮਹਾਰਾਜ ਨੇ ਕਿਹਾ ਵੀ ਇੱਥੇ ਬਹੁਤ ਵੱਡੀ ਲਰਨਿੰਗ ਸੈਂਟਰ ਹੋਏਗਾ, ਗੁਰੂ ਕਾਸ਼ੀ ਹੋਏਗੀ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਅਲੈਦਾ ਲੈਦਾ ਦੁਨੀਆ ਦੀ ਸਾਰੀ ਭਾਸ਼ਾ ਦੇ ਵਿੱਚ ਟ੍ਰਾਂਸਲੇਸ਼ਨ ਹੋਏਗਾ, ਔਰ ਫਿਰ ਇੱਥੋਂ ਸਕਾਲਰ ਪੈਦਾ ਹੋਣਗੇ। ਗ੍ਰੰਥ ਸਾਹਿਬ ਜੀ ਦਾ ਜਦ ਮੈਸੇਜ ਆ, ਡਿਵਾਈਨ ਮੈਸੇਜ ਆ, ਸਪਿਰਚੁਅਲ ਬ੍ਰਦਰਹੁੱਡ ਦਾ, ਸਾਰੀ ਮਾਨਤਾ ਦਾ, ਉਹ ਸਾਰੇ ਉਹਨਾਂ ਨੂੰ ਦੱਸਣਗੇ। ਸੋ ਗੁਰਮੁਖੋ ਮਹਾਰਾਜ ਆਵਾਜ਼ ਦਿੱਤਾ ਹੋਇਆ, ਅਜੇ ਤੱਕ 1 ਸਾਲ ਤੋਂ ਜ਼ਿਆਦਾ ਹੋ ਗਏ, ਕੋਈ ਪੂਰੇ ਨਹੀਂ ਸੀ ਹੋਏ।
ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਨਾਲ ਅਤੇ ਉੱਥੇ ਹੁਣ ਅਸੀਂ ਸ਼ੁਰੂ ਕਰ ਦਿੱਤੀ ਆ ਬਿਲਡਿੰਗਾਂ ਬਣਾਉਣ 'ਤੇ। ਅਗਲੇ ਸਾਲ ਅਸੀਂ ਕਾਲਜ ਸ਼ੁਰੂ ਕਰ ਦਿਆਂਗੇ ਔਰ ਗੁਰੂ ਕਾਸ਼ੀ ਨੂੰ ਇੱਕ ਟਾਪ ਕੁਆਲਿਟੀ ਦੀ ਯੂਨੀਵਰਸਿਟੀ ਬਣਾਵਾਂਗੇ। 500 ਕਰੋੜ ਦਾ ਪ੍ਰੋਜੈਕਟ ਜਿਹੜਾ ਅਸੀਂ ਤਾਂ ਕਰ ਨਹੀਂ ਸਕਦੇ, ਇਹ ਸੰਗਤਾਂ ਹੀ ਕਰ ਸਕਦੀਆਂ ਨੇ। ਅਗਰ ਸਾਰਾ ਸਿੱਖ ਜਗਤ ਇਹ ਸਮਝੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਲੈਣੀ ਆ, ਤਾਂ ਕਮ ਸੇ ਕਮ 3-4 ਸਾਲ ਆਪਣਾ ਦਸਵੰਧ ਗੁਰੂ ਕਾਸ਼ੀ ਲਈ ਕੱਢੇ ਅਤੇ ਗੁਰੂ ਕਾਸ਼ੀ ਫਟਾਫਟ ਬਣ ਜਾਏਗੀ, ਬਖਸ਼ਿਸ਼ ਉਹਨਾਂ ਲੈਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। ਅਤੇ ਇਹ ਇੱਕ ਸਭ ਤੋਂ ਦੁਨੀਆ 'ਚ ਅਜੂਬਾ ਯੂਨੀਵਰਸਿਟੀ ਇੱਕ ਗੁਰੂ ਕਾਸ਼ੀ ਬਣੇਗੀ, ਜਿੱਥੇ ਕਿ ਰੈਲਟਿਵ ਰਿਲੀਜਨ ਦੀ ਸਟੱਡੀ ਵੀ ਹੋਏਗੀ, ਗੁਰੂ ਗ੍ਰੰਥ ਸਾਹਿਬ ਡਿਫਰੈਂਟ ਲੈਂਗੁਏਜ ਟ੍ਰਾਂਸਲੇਟ ਵੀ ਹੋਏਗਾ ਔਰ ਉਹਦਾ ਪ੍ਰਚਾਰ ਵੀ ਬੜੇ ਬੜੇ ਸਕਾਲਰ ਕਰ ਪੈਦਾ ਉੱਥੇ ਕਰਕੇ ਔਰ ਸਾਰੀ ਦੁਨੀਆ 'ਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੋ ਡਿਵਾਈਨ ਮੈਸੇਜ ਹੈ, ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਰਹੇ, ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰਹੇ, ਸਾਰਿਆਂ 'ਚ ਉਹੀ ਬੋਲਦਾ ਆ। ਉਹ ਮੈਸੇਜ ਦੇਣਾ ਕਿ ਅਸੀਂ ਯੂਨੀਵਰਸਲ ਬ੍ਰਦਰਹੁੱਡ ਤਾਂ ਦਿਆਂਗੇ ਜੇ ਉੱਥੇ ਇਹੋ ਜਿਹੀ ਯੂਨੀਵਰਸਿਟੀ ਬਣਾਵਾਂਗੇ, ਇਹ ਸਾਡਾ ਆਸ਼ਾ ਹੈ। ਸੰਗਤ ਜੀ, ਮੇਰੀ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.